ਲਓ ਜੀ, ਆਹ ਦੇਖੋ ਮੇਰੇ ਸ਼ਾਗਿਰਦ ਲੱਗੇ ਹੋਏ ਆ। ਇਹ ਕਹਿੰਦੇ ਨਾ ਆਪਾਂ ਮਿੱਟੀ ਬਣਾਈ ਦੀ ਆ ਹਰ ਸਾਲ, ਅਤੇ ਜਦੋਂ ਮਿੱਟੀ ਖਤਮ ਹੋ ਜਾਂਦੀ ਆ ਅਤੇ ਇੱਦਾਂ ਮਿੱਟੀ ਬਣਾਈ ਆ। ਆਹ ਦੇਖੋ ਅਸੀਂ ਪਿਆਲਿਆਂ ਦੇ ਵਿੱਚ ਭਰ ਲਈ ਆ ਅਤੇ ਲਵਾਂਡੇ 'ਚ ਭਰ ਲਈ ਆ। ਅਸੀਂ ਜਦੋਂ ਪਿਆਲਿਆਂ 'ਚੋਂ ਖਤਮ ਹੋ ਜਾਂਦੀ ਮਿੱਟੀ, ਅਸੀਂ ਫਿਰ ਮਿੱਟੀ ਇਹ ਪਾਲੀ ਦੀ ਆ। ਅਤੇ ਆ ਇਹ ਦੀਪੂ ਆ ਅਤੇ ਇਹ ਰਣਜੀਤ ਕੁਮਾਰ ਆ। ਅਤੇ ਇਹ ਜਿੱਦਾਂ ਸ਼ਾਗਿਰਦ ਆਪਣੀ ਸੇਵਾ ਕਰਦੇ ਆ ਕਬੂਤਰਾਂ ਦੀ, ਅਤੇ ਉੱਦਾਂ ਹੀ ਬੁਲੰਦੀਆਂ ਵੀ ਛੂਣਗੇ ਅਗਲੇ ਆਉਣ ਵਾਲੇ ਟਾਈਮ 'ਚ, ਉੱਦਾਂ ਹੀ ਆਪਣਾ ਨਾਂ ਕਰਾਉਣਗੇ ਜਿੱਦਾਂ ਵੀ ਉਹਨਾਂ ਦੇ ਉਸਤਾਦ ਨੇ ਨਾਮ ਕਰਵਾਇਆ ਇਸ ਕੰਮ 'ਚ। ਅਤੇ ਤੁਹਾਨੂੰ ਪਤਾ ਹੀ ਆ ਵੀ ਬਹੁਤ ਆ ਮੇਰਾ ਨਾਂ ਤਾਂ। ਚਲੋ ਇਹ ਮੇਰੇ ਸ਼ਾਗਿਰਦ ਕਬੂਤਰ ਸਾਂਭਦੇ ਦੋਨੇ ਜਾਣੇ, ਅਤੇ ਇਹ ਦੇਖਦੇ ਆ ਸਾਰਾ ਕਬੂਤਰਬਾਜੀ ਦਾ। ਅਤੇ ਇੱਦਾਂ ਮਿੱਟੀ ਮੈਨੂੰ ਦੱਸਿਆ ਵੀ ਕਿੱਦਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਣੀਆਂ, ਅਤੇ ਇੱਦਾਂ ਹੀ ਮਿੱਟੀ ਬਣਾ ਕੇ ਪਿਆਲਿਆਂ ਦੇ ਵਿੱਚ ਪਾਲੀ ਆ। ਅਤੇ ਹੁਣ ਇਹ ਮਿੱਟੀ ਅਸੀਂ ਖਵਾਇਆ ਕਰਨੀ ਆ। ਇਹ ਮਿੱਟੀ ਨਾ ਸਮਝੋ, ਇਹ ਮਿੱਟੀ ਦੇ ਵਿੱਚ ਸਾਰੇ ਵਿਟਾਮਿਨ ਆ ABCD। ਕਿਉਂ ਵੀ ਕਬੂਤਰ ਤੰਦਰੁਸਤ ਰਹਿੰਦੇ ਆ, ਇਹਦੇ ਨਾਲ ਕਬੂਤਰ ਨਹੀਂ ਬਿਮਾਰ ਹੁੰਦੇ। ਜਿਹੜਾ ਕਬੂਤਰ ਖਾਂਦਾ ਵਾ ਇਹ ਨਾਲ ਮਿੱਟੀ, ਅਤੇ ਉਹ ਕਬੂਤਰ ਸਦਾ ਵਿਹਾਰ ਸਹੀ ਰਹਿੰਦਾ। ਆਹ ਦੇਖ ਲਓ ਮੇਰੇ ਕੋਲ ਕਿੰਨੇ ਕਬੂਤਰ ਆ, ਹਾਲੇ ਵੀ ਇੱਦਾਂ ਹੀ। ਇਹ ਪਰਮਾਤਮਾ ਦੀ ਦਇਆ ਵਾ, ਹਰ ਸਾਲ ਇਹ ਮੁੰਡੇ ਮਿੱਟੀ ਬਣਾਉਂਦੇ ਆ ਅਤੇ ਮਿੱਟੀ ਇਹ ਪਾਉਂਦੇ ਆ, ਅਤੇ ਕਬੂਤਰ ਮਿੱਟੀ ਸਾਡੇ ਕਬੂਤਰ ਖਾਂਦੇ ਆ। ਅਤੇ ਇਹ ਮਿੱਟੀ ਬਣਾ ਕੇ ਅੱਜ ਜਿੰਨੀ ਇਹਨਾਂ ਨੇ ਪਾ ਲਈ ਹੈ, ਅਤੇ ਇਹ ਹੁਣ ਸਾਡਾ ਮੜ ਕੇ 4 ਮਹੀਨੇ ਜਾਂ 5 ਮਹੀਨੇ ਨਿਕਲਣੇ ਆ, ਅਤੇ ਫਿਰ ਅਸੀਂ ਬਣਾਉਣੀ ਹੈ। ਅਤੇ ਆਹ ਮੇਰੇ ਸ਼ਾਗਿਰਦ ਵੀ ਦੋ ਲਫ਼ਜ਼ ਬੋਲਣ, ਵੀ ਕਿੱਦਾਂ ਬਈ ਰਣਜੀਤ ਬੋਲੋ ਬਈ। ਦੀਪੂ ਬੁੱਤ ਇਹਦੇ ਸ਼ਾਗਿਰਦ ਸੰਗਦੇ ਆ ਬੋਲਣ ਲੱਗੇ, ਹੌਲੀ ਹੌਲੀ ਖੁੱਲ੍ਹ ਜਾਣਗੇ ਅਤੇ ਹੌਲੀ ਹੌਲੀ ਸਭ ਕੁਝ ਬਣਾਉਣ ਦੱਸਣ ਲੱਗ ਜਾਣਗੇ। ਅਤੇ ਹਾਲੇ ਨਵੇਂ ਆ ਤਾਂ ਬੱਚੇ ਡਰਦੇ ਆ ਥੋੜ੍ਹੇ ਜਿਹੇ, ਅਤੇ ਹੌਲੀ ਹੌਲੀ ਇਹ ਬੱਚੇ ਤਿਆਰ ਹੋ ਜਾਣਗੇ ਅਤੇ ਕਿਸੇ ਟਾਈਮ ਇਹ ਵੀ ਆਪਣਾ ਨਾਂ ਕਮਾਉਣਗੇ। ਅਤੇ ਥੈਂਕ ਯੂ ਸਾਰਿਆਂ ਨੂੰ, ਕਬੂਤਰ ਖਿਡਾਰੀਆਂ ਨੂੰ, ਸਤਿ ਸ਼੍ਰੀ ਅਕਾਲ।